शाम जलंधर के गाजीगोला इलाके में गोलीबारी होने की सूचना है। पता लगा है कि गोली किसी को नहीं लगी पर इलाके में दहशत का माहौल है। पुलिस ने मौके पर पहुँच के सीसीटीवी फुटेज हासिल की है और मामले की जाँच की जा रही है। इलाका निवासियों का कहना है कि पैसों के लेन देन लैके कुछ नौजवानों विचकार झगड़ा हो गया और एक नौजवान ने गोलियां चला दित्तियां। दसया गया है कि गोली चलाने वाला नौजवान बिल्डिंग मटीरियल का काम करता है। जांच में सामने आया कि गोली चलाने वालों में माइकल ते मोंटी नाम का नौजवान भी शामिल है। पुलिस दोवां की भाल कर रही है। पता लगा है कि घटना पिछे पैसों का लेन देन का विवाद है। इदा सारे वधिया उस एरिए गोलियां चलियां, सब तो माड़ी घटना हुई है अपने एरिए। इस करके प्रशासन नूं चाहिए वा, पुलिस मुलाजमान नूं चाहिए कि सारा पूरा अपना कार्रवाई इसी तरह करन, जिहड़े दोषी आ उहनां नूं फड़न। सर हाले तक पुलिस नूं इह नहीं पता लग रहा कि साडे एरिए विच इक गल हुई है कि दूसरे एरिए गल हुई है जी। ए आर पी दी पुलिस आप कह रही है कि साडे इधर नहीं हुई, ਤੇ ਪੰਜਾਬ ਪੁਲਿਸ ਦੂਜੇ ਪਾਸੇ ਕਹਿ ਰਹੀ ਦੋ ਨੰਬਰ ਚੌਂਕੀ ਐਸ ਐਚ ਓ ਆਈ ਸੀ ਓ ਕਹਿੰਦੇ ਅਦਰ ਏਰੀਆ ਚ ਨਹੀਂ ਹੋਈ। ਕੀ ਕਹਿਣਾ ਕੀ ਹੈ ਕਿ ਏਰੀਆ ਕੀ ਡਿਵਾਈਡ ਕੱਢੇ ਆ? ਇਹ ਹੁਣ ਪੁਲਿਸ ਨੂੰ ਨਹੀਂ ਪਤਾ ਤਾਂ ਹੋਰ ਕਿਹਨੂੰ ਪਤਾ ਹੋਊਗਾ? ਕੋਈ ਜਾਂਚ ਨਹੀਂ ਚੱਲ ਰਹੀ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ? ਭੰਦ ਗਿਆ ਜੇ ਪੁਲਿਸ ਨੂੰ ਨਹੀਂ ਪਤਾ ਤਾਂ ਫਿਰ ਕਿਹਨੂੰ ਪਤਾ ਹੋਊਗਾ? ਇਹਦਾ ਮਤਲਬ ਪ੍ਰਸ਼ਾਸਨ ਸਾਰਾ ਚੁੱਪ ਕਰਕੇ ਬੈਠਾ ਦਾ ਵਾ, ਉਹਦੀ ਨਕੰਮੀ ਆ ਫਿਰ। ਇਸ ਕਰਕੇ ਪੁਲਿਸ ਨੂੰ ਚਾਹੀਦਾ ਕਿ ਆਪਣਾ ਏਰੀਆ ਦੇਖੇ ਕਿਹਦਾ ਹੈਗਾ ਵਾ, ਆਪਣਾ ਕੰਮ ਕਰਵੇ। ਇਹ ਜਿੱਦਾਂ ਆਰੋਪੀਆਂ ਦੇ ਲੀਵ ਫੜੇ ਗਏ ਉਸ ਕੱਲ ਉਹਨਾਂ ਦੇ ਦੁਆਰ ਤੋਂ ਹਮਲਾ ਹੋ ਸਕਦਾ, ਉਸ ਨੂੰ ਤੁਹਾਡਾ ਕੀ ਕਹਿਣਾ? ਉਹ ਤਾਂ ਮਾੜੀ ਗੱਲ ਹੈ ਜੇ ਦੁਬਾਰਾ ਹਮਲਾ ਹੋਵੇ ਤਾਂ। ਇਹ ਤਾਂ ਪੁਲਿਸ ਪ੍ਰਸ਼ਾਸਨ ਚਾਹੀਦਾ, ਜਿਹੜਾ ਵੀ ਹੈਗਾ ਵਾ ਪਹਿਲਾਂ ਬੰਦਾ ਫੜੋ, ਬਾਅਦ ਚ ਉਹਨੂੰ ਫੜਾ ਦਿਓ ਜਿਹਦਾ ਏਰੀਆ ਹੈਗਾ ਵਾ। ਕੋਰਟ ਨੇ ਸਰ ਮੇਰਾ ਸਾਰਾ ਲੈਣ ਦੇਣ ਸੀਗਾ, ਪੈਸੇ ਮੈਂ ਸਾਰੇ ਦੇ ਬੈਠਾ ਹਾਂ ਤੇ ਗੜਦਾ ਸੀ ਹਾਰ ਸੀਗਾ। ਮੈਂ ਕਿਹਾ ਆ ਕੇ ਲੈ ਜਾ, ਕਹਿੰਦਾ ਨਹੀਂ ਜੀ 20 ਬੰਦਾ, ਇੰਨਾ ਬੰਦਾ। ਮੈਂ ਭਾਈ ਇੰਨੇ ਥੋੜੀ ਬੰਦੇ, ਇਹਨੇ ਗਾਲ ਕੱਢੀ ਫੋਨ ਕਰਕੇ, ਯਾਰ ਤੂੰ ਗਾਲ ਕਿਉਂ ਕੱਢਦਾ ਪਿਆ? ਮੈਂ ਕਿਹਾ ਤੂੰ ਗਾਲ ਕਿਉਂ ਕੱਢਦਾ ਪਿਆ? ਕਹਿੰਦਾ ਕਿੱਥੇ ਆ ਤੂੰ, ਗੋਲੀ ਮਾਰਨੀ ਤੇਰੇ ਕਿੱਥੇ ਆ? ਮੈਂ ਕਿਹਾ ਮੈਂ ਘਰ ਕੋਲ ਆ, ਆ ਜਾਓ ਇੱਥੇ ਆਇਓ ਨਾ ਭਾਈ ਹੋਏ। बड़ी वड्डी गल है कि गोली चली, उस तों बाद कोई जांच कोई कारवाई नहीं होनी है, कोई कारवाई नहीं होनी। थाना मुखी बलजिंदर सिंह का कहना है कि दोषियों से सख्त कार्रवाई की जाएगी। जो रेलवे लाइन के लागे चले गए हैं उतों अपने जफ्फियां पा के जोड़े ऑन वीडियो रिकॉर्ड है उतों जफ्फियां पा के जो उन्होंने माड़ी मोड़ी मार कटाई की है तो ये जो भज पिया जैक्शन जरा अगे ला के भज गया रेलवे लाइन वालों तो ये मगरों इन्होंने हवाई फायर किया है। माउंटी तो रॉकी दोनों ब्रदर ने आप सर किन्ने फायर हुए हैं? जी एक फायर होया जी। जो तो सीसीटीवी फुटेज की देखा गया? जिन्हां ने गोली चलाई वो काम की करदे? शायद फटे बलियां दा काम करदे नहीं इत्थे ते जिहड़े जिस ते गोली चली है ਉਹਦਾ ਕਲੀਅਰ ਨਹੀਂ ਹੈਗਾ ਕੀ ਕੰਮ ਕਰਦਾ, ਪਰ ਉਹਨੇ ਪੈਸੇ ਇਹਨਾਂ ਕੋਲ ਪਹਿਲਾਂ ਕੋਈ ਹੋਰ ਕੋਈ ਬਿਜ਼ਨਸ ਆਪਣਾ ਕਰਦਾ ਸੀ, ਬਾਅਦ 'ਚ ਘਾਟਾ ਘੁਟਾ ਪੈਣ ਕਰਕੇ ਲੋਕਡਾਊਨ ਉਹਨੇ ਇਹਨਾਂ ਕੋਲ ਪੈਸੇ ਜ਼ਰੂਰ ਵਿਆਜ 'ਤੇ ਲਏ। ਹੁਣ ਗੋਲੀ ਚੱਲੀ ਕਿ ਜਿੱਥੇ ਉਹਦਾ ਕੀ ਨਾਮ ਹੈ ਜਿਹਨਾਂ ਚਲਾਈ ਹੈ ਉਹਨਾਂ ਦਾ ਕੀ ਨਾਮ ਹੈ? ਜਿਹੜਾ ਜਿੱਥੇ ਚੱਲੀ ਉਹ ਜੈਕਸਨ ਹੈ ਮੁੰਡਾ ਗਾਜੀਗੁੱਲੇ ਦਾ ਰਹਿਣ ਵਾਲਾ, ਜਿਨ੍ਹਾਂ ਨੇ ਚਲਾਈ ਹੈ ਉਹ ਹੈਗਾ ਮੌਂਟੀ ਅਤੇ ਰੌਕੀ ਦੋਨੋਂ ਬ੍ਰਦਰ ਨੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।